ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਉਸ ਦਾ ਲੈਸਨ ਨੰਬਰ 1 ਵੈਲਿਊ ਆਫ ਮਨੀ ਐਕਟੀਵਿਟੀ ਨੰਬਰ 2 ਵੋਕੈਬਲਰੀ ਐਕਸਪੈਂਸ਼ਨ ਅਰਥਾਤ ਸ਼ਬਦਾਂ ਦੇ ਭੰਡਾਰ ਵਿੱਚ ਵਾਧਾ ਇਹ ਐਕਟੀਵਿਟੀ ਮੈਂ ਪਹਿਲੇ ਛੱਡ ਦਿੱਤੀ ਸੀ ਕਿ ਲੈਸਨ ਪੂਰਾ ਹੋ ਚੁੱਕਾ ਹੈ ਬਲਕਿ ਚਾਰ ਲੈਸਨ ਪੂਰੇ ਹੋ ਗਏ ਨੇ ਤੇ ਇੱਕ ਵਿਦਿਆਰਥੀ ਦੀ ਮੈਨੂੰ ਰਿਕੁਐਸਟ ਹੈ ਕਮੈਂਟ ਵਿੱਚ ਕਿ ਸਰ ਐਕਟੀਵਿਟੀ ਨੰਬਰ 2 ਵੀ ਪਾ ਦਿਓ ਸੋ ਮੈਨੂੰ ਲੱਗਿਆ ਸੀ ਪਹਿਲੇ ਕਿ ਇਹ ਇੰਨੀ ਜ਼ਰੂਰੀ ਨਹੀਂ ਹੈਗੀ ਇਹ ਮਲਕੀਆ ਬੱਚੇ ਆਪਣੇ ਪਰਲਣਗੇ ਪਰ ਹੋ ਸਕਦਾ ਕਿਸੇ ਨੂੰ ਤੰਗੀ ਆ ਰਹੀ ਹੋਵੇ ਸੋ ਇਹ ਵੀ ਵਧੀਆ ਐਕਟੀਵਿਟੀ ਐ ਇਸ ਦੇ ਨਾਲ ਸਾਨੂੰ ਡਿਕਸ਼ਨਰੀ ਕਿਵੇਂ ਵਰਤਣੀ ਹੈ ਉਹਦਾ ਉਹਦੀ ਜਾਂਚ ਸਾਨੂੰ ਆ ਜਾਏਗੀ ਸੋ ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਨਹੀਂ ਕਿ ਬੜਾ ਧਿਆਨ ਨਾਲ ਸੁਣਨ ਵਾਲੀ ਗੱਲਾਂ ਨੇ ਸੋ ਮੈਂ ਡਿਕਸ਼ਨਰੀ ਵਰਤਣ ਦੇ ਨੁਕਤੇ 'ਚ ਦੱਸਾਂਗਾ ਤੇ ਤੁਸੀਂ ਬੜੇ ਧਿਆਨ ਦੇ ਨਾਲ ਇਹ ਵੀਡੀਓ ਸੁਣੋ ਤੇ ਫਿਰ ਤੁਸੀਂ ਡਿਕਸ਼ਨਰੀ ਵੀ ਲੈ ਕੇ ਆਪਣੇ ਆਪ ਇਹਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਓ ਦੇਖੀਏ ਸੋ ਐਕਟੀਵਿਟੀ ਨੰਬਰ 2 ਕਹਿੰਦੀ ਹੈ ਕਿ ਇਹ ਕਹਿੰਦੇ गिवन ਬਿਲੋ ਆਰ ਅ ਫਿਊ ਵਰਡਸ ਹੇਟ ਕੁਝ ਸ਼ਬਦ ਦਿੱਤੇ ਹੋਏ ਹਨ ਰਾਈਟ ਥੈਮ ਉਹਨਾਂ ਨੂੰ ਲਿਖੋ ਇਨ ਦੀ ਆਰਡਰ ਉਸ ਕਰਮ ਵਿੱਚ ਐਸ ਦੇ ਅਪੀਅਰ ਇਨ ਅ ਡਿਕਸ਼ਨਰੀ ਜਿਵੇਂ ਉਹ ਕਿਸੇ ਇੱਕ ਡਿਕਸ਼ਨਰੀ ਵਿੱਚ ਦਰਜ ਕੀਤੇ ਹੋਏ ਹਨ ਠੀਕ ਹੈ ਜਿਵੇਂ ਅਸੀਂ ਗਿਣਤੀ ਲਿਖਦੇ ਹਾਂ 1 2 3 4 ਜਦੋਂ ਅਸੀਂ ਕੰਨੇ ਆ ਵਧਦਾ ਕਰਮ ਹਨ ਜਿਵੇਂ ਪਹਿਲੇ ਸਭ ਤੋਂ ਛੋਟੀ ਸੰਖਿਆ ਹੁੰਦੀ ਹੈ ਵੱਡੀ ਸੰਖਿਆ ਹੁੰਦੀ ਹੈ ਡਿਕਸ਼ਨਰੀ ਵਿੱਚ ਸ਼ਬਦ ਕਿੱਦਾਂ ਹੁੰਦੇ ਨੇ ਲੇ ਇਹ ਤੋਂ ਸ਼ੁਰੂ ਹੁੰਦਾ ਹੈ ਫਿਰ ਬੀ ਵਾਲੇ ਫਿਰ ਸੀ ਵਾਲੇ ਫਿਰ ਡੀ ਵਾਲੇ ਹੀ ਦੌਂਦੇ ਨੇ ਤੇ ਜੇ ਦੋਨੋਂ ਇਹ ਵਾਲੇ ਹੋਣ ਫਿਰ ਦੂਜਾ ਲੈਟਰ ਦੇਖੀਦਾ ਆਹ ਦੇਖੀ ਹੁਣ ਕਿਦਾਂ ਕਰਨਾ ਇਹਨਾਂ ਨੂੰ ਸੋ ਤੁਹਾਡੀ ਕਿਤਾਬ ਚ ਬੱਚੇ 20 ਸ਼ਬਦ ਦਿੱਤੇ ਨੇ ਤੇ ਸਾਰੇ ਅਗੜ ਪਿਛੜ ਦੇਖੋ ਇੱਥੇ ਪਹਿਲੇ ਐਮ ਆ ਗਿਆ ਤੇ ਇੱਥੇ ਇਹ 15ਵੇਂ ਨੰਬਰ ਤੇ ਆਇਆ ਹੈ ਡਿਕਸ਼ਨਰੀ ਵਿੱਚ ਇਦਾਂ ਨਹੀਂ ਹੁੰਦਾ ਸੋ ਅਸੀਂ ਇੱਥੇ ਕੀ ਕਰਾਂਗੇ ਪਹਿਲੇ ਅਸੀਂ ਦੇਖਾਂਗੇ ਇਹ ਕਿੱਥੇ-ਕਿੱਥੇ ਹੈਗਾ ਹੈ ਇਹ ਇੱਥੇ ਹੈਗਾ ਦੇਖੋ ਸੋ ਇਹਨੂੰ ਪਹਿਲੇ ਇਹ ਵਾਲਾ ਆਏਗਾ ਪਰ ਅਸੀਂ ਦੇਖਦੇ ਹਾਂ ਕਿ ਇਹ ਵੀ ਇਹ ਹੈਗਾ ਹੈ ਹਨਾ ਇਹ ਵੀ ਇਹ ਹੋ ਗਿਆ ਤੇ ਇਹ ਵੀ ਇਹ ਹੋ ਗਿਆ ਜਦੋਂ ਇਦਾਂ ਹੋ ਜਾਏ ਤੇ ਫਿਰ ਅਸੀਂ ਇਸ ਤੋਂ ਦੂਜਾ ਦੇਖੀਦਾ A ਤੋਂ ਬਾਅਦ ਕਿਹੜਾ C ਹੈਗਾ ਤੇ ਇੱਥੇ A ਤੋਂ ਬਾਅਦ ਹੈਗਾ R ਅਸੀਂ ਜਾਣਦੇ ਹਾਂ R C ਤੋਂ ਬਾਅਦ ਆਉਂਦਾ ਹੈ ਇਹਦਾ ਮਤਲਬ ਕਿ ਪਹਿਲੇ ਹੀ ਆਏਗਾ ਅਕਾਊਂਟ ਆਏਗਾ ਤੇ ਦੂਜੇ ਨੰਬਰ ਤੇ ਆਏਗਾ ਅਰੇਂਜ ਸੋ ਇਹ ਜਿਹੜਾ ਸਿਧਾਂਤ ਹੈ ਇਹ ਅਸੀਂ ਇੱਥੇ ਵਰਤਾਂਗੇ ਤੇ ਇਹ ਸ਼ਬਦ ਹੈਗੇ ਨੇ ਪਹਿਲੇ ਤੁਸੀਂ ਆਪ ਲਿਖਣ ਦਾ ਅਭਿਆਸ ਕਰੋ ਤੁਹਾਡੇ ਲਈ ਇੱਕ ਤੁਹਾਡਾ ਟੈਸਟ ਵੀ ਹੋ ਜਾਏਗਾ ਤੁਸੀਂ ਵੀਡੀਓ ਨੂੰ ਪਾਜ਼ ਕਰ ਦਿਓ ਤੇ ਆਪਣੇ ਆਪ ਲਿਖਣ ਦਾ ਯਤਨ ਕਰੋ ਤੇ ਅਗਲੀ ਸਲਾਈਡ ਤੇ ਮੇਰਾ ਹੱਲ ਕਰਕੇ ਦੇ ਹੱਲ ਹੱਲ ਕਰ ਦਿੱਤਾ ਹੈ ਤੇ ਨਾਲ ਸਮਝਾਇਆ ਗਿਆ ਹੈ ਤੇ ਫਿਰ ਤੁਸੀਂ ਉਹਦੇ ਨਾਲ ਮਿਲਾਨ ਕਰ ਲਿਓ ਨਾਲੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਕੋਲ ਗਲਤੀਆਂ ਤੇ ਨਹੀਂ ਹੋਈਆਂ ਠੀਕ ਹੈ ਆਓ ਦੇਖੀਏ ਹੁਣ ਦੇਖੋ ਪਹਿਲੇ ਆਇਆ ਅਕਾਊਂਟ ਫਿਰ ਆਇਆ ਅਰੇਂਜ ਕਿਉਂ ਇਹ ਇਹ ਬਰਾਬਰ ਨੇ ਫਿਰ ਹੈਗਾ ਸੀ ਪਹਿਲੇ ਸੀ ਆਉਂਦਾ ਤੇ ਫਿਰ ਬਾਅਦ ਚੋਂ ਆਰ ਆਉਂਦਾ ਇਸ ਕਰਕੇ ਬਾਅਦ ਚ ਆ ਰਿਹਾ ਜਗਾ ਸੀ ਇਕੱਲਾ ਹੀ ਸੀ ਇਹ ਤੋਂ ਬਾਅਦ ਸੀ ਆਉਂਦਾ ਹੈ ਕੰਜ਼ਿਊਮਰਿਸਟ ਔਰ ਸੀ ਤੋਂ ਸ਼ੁਰੂ ਹੋਣ ਵਾਲਾ ਕੋਈ ਸ਼ਬਦ ਨਹੀਂ ਸੀਗਾ ਹੁਣ ਦੇਖੋ ਅੱਗੇ ਆ ਗਿਆ ਫਿਰ ਸੀ ਤੋਂ ਬਾਅਦ ਨੇ ਡੀ ਸੋ ਡੀ ਤੋਂ ਸ਼ੁਰੂ ਨਾਲੇ ਦੋ ਸ਼ਬਦ ਨੇ ਡਿਸਾਈਡਡ ਤੇ ਡਿਜ਼ਾਸਟਰ ਸੋ ਫੇ ਜਿਹੜੇ ਦੋਨੋਂ ਬਰਾਬਰ ਦੋਨੋਂ ਡੀ ਹੋਣ ਤੇ ਮੈਂ ਅਗਲਾ ਦੇਖਾਂਗਾ ਮੈਂ ਦੇਖਿਆ ਇੱਥੇ ਈ ਹੈਗਾ ਤੇ ਇੱਥੇ ਆਈ ਹੈਗਾ ਸੋ ਆਈ ਜਿਹੜਾ ਈ ਹੈਗਾ ਆਈ ਤੋਂ ਪਹਿਲਾਂ ਆਉਂਦਾ ਸੋ ਡਿਸਾਈਡਡ ਤੇ ਡਿਜ਼ਾਸਟਰ ਈ ਤੋਂ ਡੀ ਤੋਂ ਬਾਅਦ ਫੇ ਈ ਆਉਂਦਾ ਈ ਵਾਲੇ ਇੱਕੋ ਹੀ ਸ਼ਬਦ ਹੈ ਸੋ ਐਕਸਾਈਟਡ ਆ ਗਿਆ ਇੱਥੇ ਈ ਤੋਂ ਬਾਅਦ ਐਫ ਆਉਂਦਾ ਐਫ ਵਾਲਾ ਵੀ ਇੱਕੋ ਹੈਗਾ ਤੇ ਫਾਸਟਰ ਆ ਗਿਆ ਇੱਥੇ ਜੀ ਦਾ ਕੋਈ ਹੈ ਨਹੀਂ ਐਫ ਤੋਂ ਬਾਅਦ ਜੀ ਆਉਂਦਾ ਕੋਈ ਸ਼ਬਦ ਨਹੀਂ ਹੈਗਾ ਐਚ ਕੋਈ ਸ਼ਬਦ ਨਹੀਂ ਹੈਗਾ ਫੇ ਆ ਗਿਆ ਆਈ ਸੋ ਆਈ ਤੋਂ ਇੱਕੋ ਸ਼ਬਦ ਇਨਵੈਸਟਿੰਗ ਉਸੇ ਇੱਥੇ ਪਤਾ ਫਿਰ ਆਈ ਤੋਂ ਬਾਅਦ ਐਚ ਆਈ ਜੇ ਤੋਂ ਕੋਈ ਨਹੀਂ ਹੈਗਾ ਕੇ ਤੋਂ ਕੋਈ ਨਹੀਂ ਹੈਗਾ ਇੱਥੇ ਇਹ ਲੇ ਤੋਂ ਕੋਈ ਨਹੀਂ ਹੈਗਾ ਫਿਰ ਐਮ ਤੋਂ ਹੈਗਾ ਸੋ ਐਮ ਤੋਂ ਚਾਰ ਸ਼ਬਦ ਨੇ ਬਚੇ ਦੇਖੋ ਚਾਰ ਠੀਕ ਹੈ ਸੋ ਅਸੀਂ ਐਮ ਤੋਂ ਦੇਖਿਆ ਐਮ ਚਾਰ ਉਹ ਬਰਾਬਰ ਨੇ ਸੋ ਪਹਿਲੇ ਆਉਂਦਾ ਏ ਹਨਾ ਇਹ ਚਾਰਾਂ ਵਿੱਚ ਏ ਪਹਿਲੇ ਹੈਗਾ ਦੇਖੋ ਪਰ ਇੱਥੇ ਵੀ ਏ ਹੈਗਾ ਮਾਰਕੀਟ 'ਚ ਵੀ ਹੈਗਾ ਤੇ ਮਸ਼ੀਨ 'ਚ ਵੀ ਹੈਗਾ ਸੋ ਮੈਂ ਤੀਜੇ ਤੇ ਜਾਵਾਂਗਾ ਤੀਜੇ ਦੇ ਤੀਜਾ ਹੁਣ ਸੀ ਹੈਗਾ ਇਥੇ ਆ ਰਿਹਾ ਹੈ ਸੀ ਪਹਿਲੇ ਆਉਂਦਾ ਹੈ ਸੋ ਹੈਗਾ ਮਸ਼ੀਨ ਫਿਰ ਹੈਗਾ ਮਾਰਕੀਟ ਤੇ ਇਹ ਤੋਂ ਬਾਅਦ ਅੱਗੇ ਜਾ ਕੇ ਕਿਤੇ ਆਉਂਦਾ ਬਹੁਤ ਸਾਰੇ ਅੱਗੇ ਜਾ ਕੇ ਏ ਵੀ ਸੀ ਫਿਰ ਉਹ ਆਉਂਦਾ ਸੋ ਇੱਥੇ ਵੀ ਉਹ ਹੈਗਾ ਉਹ ਹੈਗਾ ਫਿਰ ਤੀਜਾ ਦੇਖਾਂਗੇ ਇੱਥੇ ਐਮ ਹੈਗਾ ਤੇ ਇੱਥੇ ਐਨ ਹੈਗਾ ਕਿਉਂਕਿ ਐਨ ਐਮ ਤੋਂ ਬਾਅਦ ਆਉਂਦਾ ਸੋ ਇਸ ਕਰਕੇ ਮੂਮੈਂਟ ਪਹਿਲੇ ਆਏਗਾ ਤੇ ਮਨੀ ਬਾਅਦੋਂ ਆਏਗਾ ਫਿਰ ਐਨ ਤਾਂ ਕੋਈ ਸ਼ਬਦ ਨਹੀਂ ਹੈਗਾ ਇੱਥੇ ਉਹ ਤਾਂ ਕੋਈ ਨਹੀਂ ਹੈਗਾ ਫਿਰ ਪੀ ਆ ਜਾਂਦਾ ਸੋ ਪੀ ਤੋਂ ਕਿੰਨੇ ਸ਼ਬਦ ਨੇ ਤਿੰਨ ਸ਼ਬਦ ਨੇ ਪਰਸਵੇਡ ਸੋ ਵਿੱਚ ਈ ਪਹਿਲੇ ਆਉਂਦਾ ਹੈ ਓ ਤੋਂ ਵੀ ਤੇ ਆਰ ਤੋਂ ਵੀ ਸੋ ਪਰਸਵੇਡ ਆ ਗਿਆ ਫਿਰ ਅੱਗੇ ਜਾ ਕੇ ਓ ਆਂਦਾ ਠੀਕ ਹੈ ਪੋਲੂਸ਼ਨ ਆ ਗਿਆ ਤੇ ਉਹ ਤੋਂ ਬਾਅਦ ਅੱਗੇ ਜਾ ਕੇ ਫਿਰ ਆਰ ਆਂਦਾ ਤੇ ਪ੍ਰਿਪੇਅਰ ਆ ਗਿਆ ਠੀਕ ਹੈ ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਗਾ ਇਸ ਤਰ੍ਹਾਂ ਕਰਨੇ ਨੇ ਫਿਰ ਕਿਊ ਤੋਂ ਕੋਈ ਸ਼ਬਦ ਨਹੀਂ ਹੈਗਾ ਆਰ ਤੋਂ ਹੈਗਾ ਰੀਅਲਾਈਜ਼ਡ ਸੋ ਰੀਅਲਾਈਜ਼ ਪਾਤਾ ਫਿਰ ਆਰ ਤੋਂ ਬਾਅਦ ਐਸ ਆਂਦਾ ਸਟੋਰੇਜ ਇੱਕੋ ਸ਼ਬਦ ਹੈਗਾ ਫਿਰ ਟੀ ਆਂਦਾ ਫਿਰ ਯੂ ਆਂਦਾ ਫਿਰ ਵੀ ਹੈਗਾ ਤੀਸਰਾ ਹੋ ਗਿਆ ਸੋ ਬੱਚਿਓ ਇਸ ਤਰ੍ਹਾਂ ਪਹਿਲੇ ਸਭ ਤੋਂ ਪਹਿਲੇ ਪਹਿਲਾ ਲੈਟਰ ਦੇਖਣਾ ਹੈ ਜੇ ਪਹਿਲਾ ਲੈਟਰ ਬਰਾਬਰ ਹੋਵੇ ਇੱਕੋ ਜਿਹਾ ਹੋਵੇ ਫਿਰ ਦੂਜਾ ਦੇਖਣਾ ਹੈ ਜੇ ਦੂਜਾ ਵੀ ਸੇਮ ਹੋਵੇ ਫਿਰ ਤੀਜੇ ਤੇ ਜਾਣਾ ਹੈ ਜੇ ਤੀਜਾ ਵੀ ਸੇਮ ਹੋਵੇ ਫਿਰ ਚੌਥੇ ਤੇ ਜਾਣਾ ਹੈ ਜੇ ਚੌਥਾ ਵੀ ਸੇਮ ਹੋਵੇ ਤੇ ਫਿਰ ਪੰਜਵੇਂ ਤੇ ਜਾਣਾ ਇਸ ਤਰ੍ਹਾਂ ਕਰਕੇ ਡਿਕਸ਼ਨਰੀ ਵਿੱਚ ਜਿਹੜੇ ਸ਼ਬਦ ਨੇ ਉਹ ਦਰਜ ਕੀਤੇ ਜਾਂਦੇ ਨੇ ਹੁਣ ਤੁਸੀਂ ਕੋਈ ਵੀ ਸ਼ਬਦ ਆਪਣੀ ਕਿਤਾਬ ਚੋਂ ਲੱਭੋ ਚਾਰ ਪੰਜ ਤੇ ਉਹਨਾਂ ਨੂੰ ਡਿਕਸ਼ਨਰੀ ਵਿੱਚੋਂ ਲੱਭਣ ਦਾ ਯਤਨ ਕਰੋ ਅਸੀਂ ਕਿੰਨੀ ਤੇਜ਼ੀ ਦੇ ਨਾਲ ਡਿਕਸ਼ਨਰੀ ਵਿੱਚੋਂ ਲੋੜਿੰਦਾ ਸ਼ਬਦ ਲੱਭ ਸਕਦੇ ਆ ਇਹ ਵੀ ਬੱਚਿਓ ਇੱਕ ਕਲਾ ਹੁੰਦੀ ਹੈ ਸੋ ਠੀਕ ਹੈ ਨਾ ਜਿਵੇਂ ਬੰਦੇ ਕੇ ਬੱਚੇ ਪਹਾੜੇ ਕੰਠ ਕਰਦੇ ਨੇ ਫਟਾਫਟ ਜਵਾਬ ਦੇ ਦਿੰਦੇ ਨੇ ਫਟਾਫਟ ਗੁਣਾ ਕਰ ਲੈਂਦੇ ਨੇ ਭਾਗ ਕਰ ਲੈਂਦੇ ਨੇ ਸੋ ਅਸੀਂ ਕਿੰਨੀ ਤੇਜ਼ੀ ਦੇ ਨਾਲ ਕਿੰਨੇ ਘੱਟ ਸਮੇਂ ਵਿੱਚ ਲੋੜਿੰਦਾ ਸ਼ਬਦ ਡਿਕਸ਼ਨਰੀ ਵਿੱਚੋਂ ਲੱਭ ਲੈਣੇ ਆ ਇਹ ਵੀ ਇੱਕ ਬੜੀ ਇਹ ਅਭਿਆਸ ਦੇ ਨਾਲ ਆਉਂਦਾ ਹੈ ਸੋ ਇਹ ਤੁਸੀਂ ਜ਼ਰੂਰ ਕਰਨਾ ਸੋ ਐਸੀ ਤੁਹਾਡੀ ਐਕਟੀਵਿਟੀ ਨੰਬਰ 2 ਜਿਹੜੀ ਮੈਂ ਨਹੀਂ ਕੀਤੀ ਸੀਗੀ ਸੋ ਕਿਸੇ ਵਿਦਿਆਰਥੀ ਨੇ ਮੈਨੂੰ ਕਿਹਾ ਕਿ ਸਰ ਜੀ ਇਹ ਵੀ ਕਰ ਦਿਓ ਸੋ ਮੈਂ ਕਰ ਦਿੱਤੀ ਹੈ ਤੇ ਤੁਹਾਡੇ ਲਈ ਇਹ ਤਿਆਰ ਹੈ ਹੁਣ ਜਿਹੜੇ ਬੱਚਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਡਿਕਸ਼ਨਰੀ ਜੋ ਕਿਦਾਂ ਸ਼ਬਦ ਦੇਖੀਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਪਰ ਤੁਸੀਂ ਇੱਥੇ ਹੀ ਨਾ ਰੁਕਿਓ ਆਪਣੇ ਵੱਲੋਂ ਕਿਤਾਬ ਚੋਂ ਦੇਖ ਕੇ ਜਿਹੜੇ ਕੋਈ ਹੋਰ ਸ਼ਬਦ ਨੇ ਉਹਨਾਂ ਨੂੰ ਡਿਕਸ਼ਨਰੀ ਵਿੱਚੋਂ ਲੱਭਣ ਦਾ ਅਭਿਆਸ ਜ਼ਰੂਰ ਕਰਿਓ ਠੀਕ ਹੈ ਸੋ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਨਿਰੰਤਰਤਾ ਦੇ ਨਾਲ ਅਨੁਸ਼ਾਸਨ ਦੇ ਨਾਲ ਤੁਸੀਂ ਆਪਣੀ ਪੜ੍ਹਾਈ ਕਰੀ ਚੱਲੋ ਤੇ ਪ੍ਰਮਾਤਮਾ ਤੁਹਾਨੂੰ ਬਹੁਤੀਆਂ-ਬਹੁਤੀਆਂ ਤਰੱਕੀਆਂ ਬਖਸ਼ੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ